So now we will discuss the subject of audio and video systems, which is the subject of 5th semester of diploma in ECE under Punjab State Board of Technical Education and Industrial Training. So the name of the subject is AVS, audio and video systems. So in this subject we will study the chapters like related to the audio and video systems both. For examples, the list of the chapters in your syllabus are microphones, loudspeakers, television. We will have detail of all the televisions, whether it is a black and white, that is your monochrome, or color TV. And after that we will discuss few digital video compressor techniques and many more chapters. So today we will start with the first chapter of your syllabus, and the name of the first chapter is microphones. It comes under the audio systems. So first part is your audio systems, and the first chapter is microphones. So what is the meaning of microphone? In short, you can also call it as mic. ਜਿਵੇਂ ਆਪਾਂ ਨੋਰਮਲੀ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਮਾਈਕ ਹੈ, ਆਪਾਂ ਕਿਉਂ ਯੂਜ਼ ਕਰਦੇ ਹਾਂ ਮਾਈਕ? ਤਾਂ ਕਿ ਜਿਹੜੀ ਸਾਡੀ ਸਾਊਂਡ ਹੈ, ਅਸੀਂ ਜੋ ਬੋਲ ਰਹੇ ਹਾਂ, ਸਾਡੀ ਆਵਾਜ਼ ਹੈ, ਉਹ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਸਾਨੂੰ ਆਊਟਪੁੱਟ 'ਤੇ ਮਿਲੇ. ਹਾਊ ਇਟ ਵਰਕਸ, ਉਹ ਕਿਵੇਂ ਹੋ ਸਕਦਾ ਪੋਸੀਬਿਲਿਟੀ? ਇਨ ਸ਼ੋਰਟ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ MIC ਮਾਈਕ, ਮਾਈਕਰੋਫੋਨ ਨੂੰ. ਸੋ ਅਗਰ ਕਿਤੇ ਮਾਈਕਰੋਫੋਨ ਲਿਖਿਆ ਹੈ, ਇਸ ਇਟ ਮੀਨਸ ਉਹ ਮਾਈਕ ਦੀ ਗੱਲ ਹੋ ਰਹੀ ਹੈ. ਅਗਰ ਮਾਈਕ ਹੈ ਤਾਂ ਉਹਦਾ ਟੈਕਨੀਕਲ ਨੇਮ ਮਾਈਕਰੋਫੋਨ ਹੈ. ਡੈਫੀਨੇਸ਼ਨ ਕੀ ਹੈ ਮਾਈਕਰੋਫੋਨ ਦੀ? ਸੋ ਫਸਟਲੀ ਸੀ ਦ ਡੈਫੀਨੇਸ਼ਨ. ਮਾਈਕਰੋਫੋਨਸ ਆਰ ਅ ਟਾਈਪ ਆਫ ਟ੍ਰਾਂਸਡਿਊਸਰ ਵਿਚ ਕਨਵਰਟਸ ਐਕੋਸਟੀਕਲ ਐਨਰਜੀ, ਦੈਟ ਇਜ਼ ਯੋਰ ਸਾਊਂਡ ਵੇਵਸ, ਇਨਟੂ ਇਲੈਕਟ੍ਰੀਕਲ ਐਨਰਜੀ. ਪਹਿਲੀ ਗੱਲ ਤਾਂ ਇਹ ਕਿਹੜਾ ਡਿਵਾਈਸ ਹੈਗਾ? ਇੱਕ ਟ੍ਰਾਂਸਡਿਊਸਰ ਹੈ. ਤੁਸੀਂ ਆਲਰੇਡੀ, ਤੁਹਾਨੂੰ ਪਤਾ ਹੀ ਹੋਏਗਾ ਟ੍ਰਾਂਸਡਿਊਸਰ ਕੀ ਹੈ. ਟ੍ਰਾਂਸਡਿਊਸਰ ਇਸ ਤਰ੍ਹਾਂ ਦਾ ਇਲੈਕਟ੍ਰੋਨਿਕ ਡਿਵਾਈਸ ਹੈ ਜਿਹੜਾ ਇੱਕ ਤਰ੍ਹਾਂ ਦੀ ਐਨਰਜੀ ਨੂੰ, ਵਨ ਫਾਰਮ ਆਫ ਐਨਰਜੀ ਨੂੰ ਦੂਜੀ ਫਾਰਮ ਆਫ ਐਨਰਜੀ 'ਚ ਕਨਵਰਟ ਕਰ ਦਿੰਦਾ. ਮੀਨਸ ਟ੍ਰਾਂਸਡਿਊਸਰ ਕੀ ਕਰਦਾ? ਕਨਵਰਟ ਵਨ ਐਨਰਜੀ ਇਨਟੂ ਦਾ ਅਨਦਰ ਫਾਰਮ ਆਫ ਐਨਰਜੀ. ਹੁਣ ਜਿਸ ਤਰ੍ਹਾਂ ਇਹ ਜਿਹੜਾ ਮਾਈਕਰੋਫੋਨ ਹੈ, ਇਹ ਕਿਹੜਾ ਟ੍ਰਾਂਸਡਿਊਸਰ ਹੈ ਜਿਹੜਾ ਕਿਹਨੂੰ ਕਿਹਦੇ 'ਚ ਕਨਵਰਟ ਕਰੇਗਾ? ਬੇਸਿਕਲੀ ਜੋ ਅਸੀਂ ਬੋਲਦੇ ਹਾਂ, ਜਿਹਨੂੰ ਆਪਾਂ ਸਾਊਂਡ ਐਨਰਜੀ ਕਹਿ ਸਕਦੇ ਹਾਂ, ਸਾਊਂਡ ਵੇਵਸ ਵੀ ਕਹਿ ਸਕਦੇ ਹਾਂ, ਐਕੋਸਟੀਕਲ ਸਿਗਨਲ ਵੀ ਕਹਿ ਸਕਦੇ ਹਾਂ, ਐਕੋਸਟੀਕਲ ਐਨਰਜੀ ਵੀ ਕਹਿ ਸਕਦੇ ਹਾਂ, ਕਿਸੇ ਵੀ ਨਾਮ ਨਾਲ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਜਿਹੜੀ ਆਵਾਜ਼ ਹੈ, ਉਸ ਐਨਰਜੀ ਨੂੰ, ਸਾਊਂਡ ਐਨਰਜੀ ਨੂੰ ਕਨਵਰਟ ਕੀਤਾ ਜਾਂਦਾ ਹੈਗਾ ਇਨਟੂ ਇਲੈਕਟ੍ਰੀਕਲ ਸਿਗਨਲ, ਇਲੈਕਟ੍ਰੀਕਲ ਐਨਰਜੀ. ਯਾਨੀ ਕਿ ਤਾਂ ਕਰਕੇ ਆਪਾਂ ਇਹਨੂੰ ਕੀ ਕਹਿ ਰਹੇ ਹਾਂ? ਟ੍ਰਾਂਸਡਿਊਸਰ ਹੈ, ਕਿਉਂਕਿ ਇਹ ਕਿਹੜੀ ਐਨਰਜੀ ਨੂੰ ਕਿਹੜੀ ਐਨਰਜੀ 'ਚ ਕਨਵਰਟ ਕਰ ਰਿਹਾ? ਸਾਊਂਡ ਐਨਰਜੀ ਨੂੰ ਕਨਵਰਟ ਕਰ ਰਿਹਾ ਇਲੈਕਟ੍ਰੀਕਲ ਐਨਰਜੀ ਦੇ ਵਿੱਚ. ਇਹ ਹੋ ਗਈ ਇਹਦੀ ਡੈਫੀਨੇਸ਼ਨ. ਹੁਣ ਇਹ ਕਿੱਦਾਂ ਕਨਵਰਟ ਕਰੇਗਾ, ਇਹਦੇ ਅੰਦਰ ਕੀ ਕੀ ਚੀਜ਼ਾਂ ਲੱਗੀਆਂ ਨੇ, ਉਹ ਆਪਾਂ ਦੂਜੇ ਤੀਜੇ ਲੈਕਚਰ ਦੇ ਵਿੱਚ ਕਲੀਅਰ ਹੋ ਜਾਏਗਾ ਜਦੋਂ ਮੈਂ ਤੁਹਾਨੂੰ ਵਰਕਿੰਗ 'ਤੇ ਆਵਾਂਗੀ. ਅੱਜ ਜਿਹੜਾ ਫਸਟ ਇੰਟਰੋਡਕਸ਼ਨ ਚੈਪਟਰ ਹੈ, ਸੋਰੀ ਇੰਟਰੋਡਕਸ਼ਨ ਦਾ ਜੋ ਟੋਪਿਕ ਹੈ, ਅੱਜ ਸਿਰਫ ਆਪਾਂ ਗੱਲ ਕਰਾਂਗੇ ਡੈਫੀਨੇਸ਼ਨ ਦੀ ਅਤੇ ਉਹਦੇ ਬਾਰੇ ਹੋਰ ਗੱਲਾਂ ਦੀ. ਸੋ ਡੈਫੀਨੇਸ਼ਨ ਤੋਂ ਕੀ ਪਤਾ ਲੱਗ ਰਿਹਾ ਹੈਗਾ ਕਿ ਇਟ ਇਜ਼ ਅ ਟ੍ਰਾਂਸਡਿਊਸਰ ਵਿਚ ਕਨਵਰਟਸ ਸਾਊਂਡ ਵੇਵਸ ਇੰਟੂ ਇਲੈਕਟ੍ਰੀਕਲ ਵੇਵਸ ਜਾਂ ਇਲੈਕਟ੍ਰੀਕਲ ਐਨਰਜੀ. ਸੋ ਫਿਲਿੰਗ ਦ ਬਲੈਂਕਸ ਡੈਫੀਨੇਟਲੀ ਪੁੱਛਿਆ ਜਾਂਦਾ ਹੈ. ਤੁਸੀਂ ਆਪਣੇ ਪ੍ਰੀਵੀਅਸ ਪੇਪਰਸ ਵੀ ਦੇਖ ਸਕਦੇ ਹੋ ਜੋ ਡਿਪਲੋਮਾ ਦੇ ਆਏ ਹੋਏ ਨੇ, ਉਹਦੇ ਵਿੱਚ ਹਰ ਇੱਕ ਪੇਪਰ 'ਚ, ਜਿੱਦ ਤੱਕ ਮੈਨੂੰ ਲੱਗਦਾ, ਕਿਉਂਕਿ ਮੈਂ ਆਲਰੇਡੀ ਦੇਖਿਆ ਹੈ, ਇੱਕ ਡੈਫੀਨੇਸ਼ਨ ਤਾਂ ਜ਼ਰੂਰ ਆਈ ਹੈ ਮਾਈਕਰੋਫੋਨ ਦੀ, ਨਹੀਂ ਤਾਂ ਫਿਲਿੰਗ ਦ ਬਲੈਂਕਸ ਤਾਂ ਡੈਫੀਨੇਟਲੀ ਆਇਆ ਹੋਇਆ ਕਿ ਮਾਈਕਰੋਫੋਨ ਕਨਵਰਟਸ ਡੈਸ਼ ਐਨਰਜੀ ਇਨ ਟੂ ਦ ਡੈਸ਼. ਉੱਥੇ ਤੁਸੀਂ ਲਿਖਿਆ ਆਉਣਾ ਹੈਗਾ ਸਾਊਂਡ ਐਨਰਜੀ ਇਨ ਟੂ ਦ ਇਲੈਕਟ੍ਰੀਕਲ ਐਨਰਜੀ. ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਥੋੜ੍ਹੀ ਜਿਹੀ ਹੋਰ ਡਿਟੇਲ. ਸੈਕਿੰਡ ਪੁਆਇੰਟ ਹੈ ਕਿ ਇਨ ਸਿੰਪਲ ਵਰਡਸ, ਮਾਈਕਰੋਫੋਨ ਡਿਟੈਕਟ ਸਾਊਂਡ ਸਿਗਨਲਸ ਐਂਡ ਪ੍ਰੋਡਿਊਸ ਐਨ ਇਲੈਕਟ੍ਰੀਕਲ ਇਮੇਜ ਆਫ ਦ ਸਾਊਂਡ. ਜਿੱਦਾਂ ਜਿੱਦਾਂ ਆਵਾਜ਼ ਉਹਨੂੰ ਡਿਟੈਕਟ ਹੋਊਗੀ, ਉੱਦਾਂ ਉੱਦਾਂ ਹੀ ਉਸ ਆਵਾਜ਼ ਤੋਂ ਉਹਨੇ ਇਲੈਕਟ੍ਰੀਕਲ ਸਿਗਨਲ ਬਣਾ ਕੇ, ਇਲੈਕਟ੍ਰੀਕਲ ਇਮੇਜ ਉਸ ਆਵਾਜ਼ ਦੀ ਬਣਾ ਕੇ ਉਹਨੇ ਕਨਵਰਟ ਕਰ ਦੇਣਾ. ਆਪਾਂ ਇਹ ਤਾਂ ਕਹਿ ਦਿੱਤਾ ਦੇ ਪ੍ਰੋਡਿਊਸ ਐਨ ਇਲੈਕਟ੍ਰੀਕਲ ਇਮੇਜ ਆਫ ਦ ਸਾਊਂਡ, ਮਤਲਬ ਉਹ ਕੀ ਪ੍ਰੋਡਿਊਸ ਕਰਨਗੇ? ਉਹ ਵੋਲਟੇਜ ਜਾਂ ਕਰੰਟ ਦੀ ਫੋਰਮ ਦੇ ਵਿੱਚ ਆਪਣੇ ਕੋਲ ਸਿਗਨਲ ਆਏਗਾ.
ਉਹ ਜਿਹੜਾ ਵੋਲਟੇਜ ਜਾਂ ਕਰੰਟ ਆਏਗਾ ਉਹ ਡੈਫੀਨੇਟਲੀ ਇਟ ਇਜ਼ ਪ੍ਰਪੋਰਸ਼ਨਲ ਟੂ ਦਾ ਸਾਊਂਡ, ਕਿਉਂਕਿ ਮੰਨ ਲਓ ਅਗਰ ਆਵਾਜ਼ ਹੌਲੀ ਆ ਰਹੀ ਹੈ, ਸਲੋ ਸਾਊਂਡ ਆ ਰਹੀ ਹੈ, ਤਾਂ ਆਟੋਮੈਟਿਕਲੀ ਜਿਹੜੀ ਆਊਟਪੁੱਟ ਵੋਲਟੇਜ ਆ ਰਹੀ ਹੈ ਜਾਂ ਕਰੰਟ ਆਏਗਾ, ਜਿਹੜਾ ਆਊਟਪੁੱਟ ਸਿਗਨਲ ਆਏਗਾ ਇਲੈਕਟ੍ਰੀਕਲ ਸਿਗਨਲ, ਉਹ ਵੀ ਘੱਟ ਆਏਗਾ। ਅਗਰ ਜ਼ਿਆਦਾ ਆ ਰਹੀ ਹੈ ਤਾਂ ਉਹ ਜ਼ਿਆਦਾ ਆਏਗਾ। ਇਟ ਮੀਨਸ ਜਿਵੇਂ ਜਿਵੇਂ ਸਾਊਂਡ ਡਿਟੈਕਟ ਉਹ ਕਰੇਗਾ ਉਵੇਂ ਉਵੇਂ ਹੀ ਉਹ ਇਲੈਕਟ੍ਰੀਕਲ ਇਮੇਜ, ਉਹਦੀ ਇਮੇਜ ਮੀਨਸ ਉਹਦਾ ਉਸਦਾ ਪੂਰਾ ਜੋ ਚੀਜ਼ ਹੈ ਆਪਾਂ ਨੂੰ ਆਊਟਪੁੱਟ 'ਤੇ ਮਿਲੇਗੀ। ਸੋ ਆਈ ਰਿਪੀਟ ਇਨ ਸਿੰਪਲ ਵਰਡਸ, ਮਾਈਕ੍ਰੋਫੋਨ ਡਿਟੈਕਟ ਸਾਊਂਡ ਸਿਗਨਲਸ ਐਂਡ ਪ੍ਰੋਡਿਊਸਰਸ ਐਨ ਇਲੈਕਟ੍ਰੀਕਲ ਇਮੇਜ ਆਫ ਦਾ ਸਾਊਂਡ, ਦੈਟ ਇਜ਼ ਦੇ ਪ੍ਰੋਡਿਊਸ ਅ ਵੋਲਟੇਜ ਔਰ ਕਰੰਟ ਵਿਚ ਇਜ਼ ਪ੍ਰਪੋਰਸ਼ਨਲ ਟੂ ਦਾ ਸਾਊਂਡ ਸਿਗਨਲ। ਠੀਕ ਹੈ ਜੀ, ਡੈਫੀਨੇਸ਼ਨ ਆਈ ਥਿੰਕ ਤੁਹਾਨੂੰ ਕਾਫੀ ਕਲੀਅਰ ਹੈ ਕਿ ਮਾਈਕ੍ਰੋਫੋਨ ਹੈ ਕੀ, ਕੀ ਚੀਜ਼ ਨੂੰ ਕੀ 'ਚ ਕਨਵਰਟ ਕਰ ਰਿਹਾ। ਅੱਗੇ ਆਪਾਂ ਡਿਸਕਸ ਕਰਨਾ ਹੈ ਨੇ, ਥਰਡ ਪੁਆਇੰਟ ਇਜ਼ ਡਿਫਰੈਂਟ ਟਾਈਪਸ ਆਫ ਮਾਈਕ੍ਰੋਫੋਨਸ। ਠੀਕ ਹੈ, ਹੁਣ ਬਹੁਤ ਤਰ੍ਹਾਂ ਦੇ ਆਪਣੇ ਕੋਲ ਮਾਈਕ੍ਰੋਫੋਨਸ ਨੇ, ਮੈਂ ਅਗਲੇ ਲੈਕਚਰ 'ਚ ਡਿਸਕਸ ਕਰਵਾਵਾਂਗੀ। ਕਹਿੰਦੇ ਜਿੰਨੇ ਵੀ ਟਾਈਪ ਆਫ ਮਾਈਕ੍ਰੋਫੋਨਸ ਨੇ ਨਾ, ਉਹਨਾਂ ਦਾ ਅਲੱਗ ਅਲੱਗ ਢੰਗ ਹੈਗਾ ਐਨਰਜੀ ਨੂੰ ਕਨਵਰਟ ਕਰਨ ਦਾ। ਠੀਕ ਹੈ ਜੀ, ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ, ਅਗਰ ਕਿਸੇ ਅੰਦਰ ਕੁਝ ਕਾਰਬਨ ਦੇ ਪਾਰਟੀਕਲਸ ਲੱਗੇ ਨੇ ਤਾਂ ਉਹ ਕਾਰਬਨ ਦੇ ਪਾਰਟੀਕਲਸ ਦੀ ਹੈਲਪ ਦੇ ਨਾਲ ਸਿਗਨਲ ਨੂੰ ਕਨਵਰਟ ਕਰੇਗਾ। ਇਹ ਚੀਜ਼ ਹੈ ਤੁਹਾਡੇ ਕੋਲ ਇੱਕ ਟੋਪਿਕ, ਕਾਰਬਨ ਮਾਈਕ੍ਰੋਫੋਨ, ਜੋ ਕਿ 10 ਮਾਰਕਸ ਦਾ ਆਏਗਾ ਤੁਹਾਡੇ ਸਿਲੇਬਸ 'ਚ, ਆਪਾਂ ਤੀਜੇ ਚੌਥੇ ਲੈਕਚਰ 'ਚ ਡਿਸਕਸ ਕਰਾਂਗੇ। ਸੋ ਇਸ ਤਰੀਕੇ ਦੇ ਨਾਲ ਕੁਛ ਵਨ ਟਾਈਪ ਹੈ ਮੈਂ ਕਹਿ ਦੱਸੀ ਹੈ ਕਾਰਬਨ ਮਾਈਕ੍ਰੋਫੋਨ। ਜਿਵੇਂ ਰਿਬਨ ਦਾ ਅਗਰ ਲੱਗਿਆ ਤਾਂ ਰਿਬਨ ਮਾਈਕ੍ਰੋਫੋਨ ਹੈ, ਅਗਰ ਕੋਈ ਕੋਇਲ ਲੱਗੀ ਹੈ ਉਹ ਮੂਵ ਹੋਏਗੀ, ਮੂਵਿੰਗ ਕੋਇਲ ਮਾਈਕ੍ਰੋਫੋਨ, ਮਤਲਬ ਵੀ ਹੈਵ ਸੋ ਮੈਨੀ ਟਾਈਪਸ ਆਫ ਮਾਈਕ੍ਰੋਫੋਨਸ। ਉਹ ਕਹਿਣਾ ਚਾਹ ਰਹੇ ਨੇ, ਕਹਿੰਦੇ ਜਿਹੜਾ ਮਰਜ਼ੀ ਟਾਈਪ ਆਫ ਮਾਈਕ੍ਰੋਫੋਨ ਹੋਵੇ, ਬਟ ਦੇ ਆਲ ਹੈਵ ਵਨ ਥਿੰਗ ਇਨ ਕੋਮਨ, ਦੈਟ ਇਜ਼ ਡਾਇਫਰਾਮ। ਉਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਕੋਮਨ ਹੈ, ਉਹ ਹੈ ਡਾਇਫਰਾਮ। ਇਹ ਸਪੈਲਿੰਗ ਤੁਹਾਨੂੰ ਐਜ਼ ਇਟ ਇਜ਼ ਯਾਦ ਕਰਨੇ ਪੈਣਗੇ, ਕਿਉਂਕਿ ਬੁੱਕ ਦੇ ਵਿੱਚ ਹਰ ਪੇਜ 'ਤੇ ਇਸ, ਮਤਲਬ ਜਦ ਤੱਕ ਤੁਸੀਂ ਆਡੀਓ ਸਿਗਨਲਸ ਪੜ੍ਹਨੇ ਨੇ, ਇਹ ਵਰਡ ਬਾਰ ਬਾਰ ਆਉਣਾ। ਇਹਦੇ ਸਪੈਲਿੰਗਸ ਜਿਹੜੇ ਨੇ ਧਿਆਨ ਨਾਲ ਦੇਖੋ, DIAPHRAGM, ਡਾਇਫਰਾਮ ਇਹਨੂੰ ਬੋਲਣਾ। ਵਾਟ ਇਜ਼ ਦਿਸ ਡਾਇਫਰਾਮ? ਕਹਿੰਦੇ ਜਿਹੜਾ ਮਰਜ਼ੀ ਤੁਸੀਂ ਮਾਈਕ ਚੱਕ ਲਓ, ਹਰ ਇੱਕ ਮਾਈਕ ਦੇ ਅੰਦਰ, ਹਰ ਇੱਕ ਮਾਈਕ੍ਰੋਫੋਨ ਦੇ ਅੰਦਰ ਇਹ ਡਾਇਫਰਾਮ ਲੱਗਿਆ ਹੁੰਦਾ ਹੈ। ਇਹ ਹੈ ਕਿ ਅਗਲੀ ਲਾਈਨ 'ਚ ਮੈਂ ਦੱਸਾਂਗੀ, ਲਾਸਟ ਪੁਆਇੰਟ ਮੈਂ ਹੁਣ ਪੜ੍ਹਾਂਗੀ। ਡਾਇਫਰਾਮ ਇਜ਼ ਅ ਥਿਨ ਪੀਸ ਆਫ ਮਟੀਰੀਅਲ, ਜਿਵੇਂ ਕਿ ਬ੍ਰੈਕਟ 'ਚ ਲਿਖਿਆ, ਸੱਚ ਐਜ਼ ਪੇਪਰ, ਪਲਾਸਟਿਕ ਔਰ ਐਲੂਮੀਨੀਅਮ, ਵਿਚ ਵਾਈਬ੍ਰੇਟਸ ਵੈਨ ਇਟ ਇਜ਼ ਸਟ੍ਰੱਕ ਬਾਏ ਸਾਊਂਡ ਵੇਵਸ। ਉਹ ਕਹਿਣਾ ਚਾਹ ਰਹੇ ਨੇ ਕਿ ਕੋਈ ਇੱਦਾਂ ਦਾ ਪਤਲਾ ਜਿਹਾ ਮਟੀਰੀਅਲ, ਬਹੁਤ ਹੀ ਬਾਰੀਕ, ਵੈਰੀ ਥਿਨ, ਥਿਨ ਮੀਨਸ ਬਹੁਤ ਬਾਰੀਕ ਪੀਸ ਆਫ ਮਟੀਰੀਅਲ, ਕਹਿੰਦੇ ਹੁਣ ਉਹ ਜਿਹੜਾ ਪੀਸ ਆਫ ਮਟੀਰੀਅਲ ਹੈ ਉਹ ਕੋਈ ਕਾਗਜ਼ 'ਚ ਵੀ ਹੋ ਸਕਦਾ ਪਤਲਾ ਜਿਹਾ, ਜਾਂ ਕੋਈ ਪਲਾਸਟਿਕ ਹੋ ਸਕਦੀ ਹੈ, ਜਾਂ ਈਵਨ ਐਲੂਮੀਨੀਅਮ ਵੀ ਹੋ ਸਕਦਾ, ਕਿਸੇ ਵੀ ਮਟੀਰੀਅਲ ਦਾ ਹੋ ਸਕਦਾ ਡਾਇਫਰਾਮ। ਠੀਕ ਹੈ ਜੀ, ਇੰਨਾ ਪਤਾ ਲੱਗ ਗਿਆ ਕਿ ਡਾਇਫਰਾਮ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਚਾਹੇ ਪਲਾਸਟਿਕ ਦੇ ਹੋਏ, ਚਾਹੇ ਪੇਪਰ ਦੇ ਹੋਏ ਅਤੇ ਚਾਹੇ ਐਲੂਮੀਨੀਅਮ ਦੇ। ਹੁਣ ਉਹ ਇੰਨੀ ਪਤਲੀ ਚੀਜ਼ ਸਾਡੇ ਲਗਾਉਣ ਦਾ ਮਕਸਦ ਇਹ ਹੈ ਕਿ ਜਦੋਂ ਅਸੀਂ ਕੁਛ ਬੋਲਾਂਗੇ ਮਾਈਕ 'ਤੇ, ਸਾਡੀ ਜਿਹੜੀ ਆਵਾਜ਼ ਦੀ ਵਾਈਬ੍ਰੇਸ਼ਨਸ ਨੇ ਉਹ ਟਕਰਾਉਣਗੀਆਂ, ਮਤਲਬ ਸਟ੍ਰੱਕ ਕਰਨਗੀਆਂ, ਸਟ੍ਰੱਕ ਬਾਏ ਸਾਊਂਡ ਵੇਵਸ। ਮਤਲਬ ਕੀ ਹੋ ਰਿਹਾ, ਸਾਡੀ ਜਿਹੜੀ ਸਾਊਂਡ ਵੇਵਸ ਜਦੋਂ ਸਟ੍ਰੱਕ ਕਰਨਗੀਆਂ, ਜਦੋਂ ਟਕਰਾਉਣਗੀਆਂ ਉਸ ਡਾਇਫਰਾਮ 'ਤੇ, ਅਤੇ ਉਹ ਡਾਇਫਰਾਮ ਹਿੱਲੇਗਾ, ਉਸ ਅਕੋਰਡਿੰਗਲੀ ਜਿਹੜੀ ਵੀ ਚੀਜ਼ ਉਹਦੇ ਅੱਗੇ ਲੱਗੀ ਹੈ ਉਹ ਮੂਵ ਕਰੇਗੀ, ਅਤੇ ਅਕੋਰਡਿੰਗਲੀ ਆਪਣੇ ਕੋਲ ਇਲੈਕਟ੍ਰੀਕਲ ਸਿਗਨਲ ਆਏਗਾ। ਇਹ ਮੈਂ ਤੁਹਾਨੂੰ ਅੱਗੇ ਕਲੀਅਰ ਹੋਊਗਾ ਜਦੋਂ ਮੈਂ ਡਾਇਗਰਾਮ ਦੇ ਨਾਲ ਤੁਹਾਨੂੰ ਅਗਲੇ ਲੈਕਚਰ ਸਮਝਾਵਾਂਗੀ। ਫਿਲਹਾਲ ਇਸ 'ਚ ਤੁਸੀਂ ਇਸ ਡੈਫੀਨੇਸ਼ਨ ਦੇਖਣੀ, ਪਹਿਲਾਂ ਡੈਫੀਨੇਸ਼ਨ ਦੇਖੋ ਕਿ ਡਾਇਫਰਾਮ ਇਜ਼ ਅ ਥਿਨ ਪੀਸ ਆਫ ਮਟੀਰੀਅਲ ਸੱਚ ਐਜ਼ ਪੇਪਰ, ਪਲਾਸਟਿਕ ਔਰ ਐਲੂਮੀਨੀਅਮ, ਵਿਚ ਵਾਈਬ੍ਰੇਟਸ ਵੈਨ ਇਟ ਇਜ਼ ਸਟ੍ਰੱਕ ਬਾਏ ਸਾਊਂਡ ਵੇਵਸ। ਜਿਵੇਂ ਹੀ ਸਾਊਂਡ ਵੇਵਸ ਜਿਹੜੀਆਂ ਨੇ ਉਹਦੇ 'ਤੇ ਪੈਣਗੀਆਂ, ਅਤੇ ਡਾਇਫਰਾਮ ਜਿਹੜਾ ਹੈਗਾ ਉਹ ਵਾਈਬ੍ਰੇਟ ਕਰੇਗਾ। ਵਾਈਬ੍ਰੇਟ ਮੀਨਸ ਉਹਦੇ 'ਚ ਹਿਲਜੁਲ ਆਏਗੀ। ਐਂਡ ਦਿਸ ਇਜ਼ ਦ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਐਂਡ ਦਿਸ ਇਜ਼ ਦ ਵੈਰੀ ਵੈਰੀ ਬੇਸਿਕ ਕੋਨਸੈਪਟ ਇਨ ਆਲ ਦ ਮਾਈਕ੍ਰੋਫੋਨਸ, ਜਿੰਨੇ ਵੀ ਅੱਗੋਂ ਮੈਂ ਤੁਹਾਨੂੰ ਟਾਈਪਸ ਕਰਵਾਉਣੇ ਨੇ ਮਾਈਕ੍ਰੋਫੋਨ ਦੇ। ਠੀਕ ਹੈ ਜੀ, ਜੋ ਵੀ ਚੀਜ਼ ਆਪਾਂ ਸਟੱਡੀ ਕਰਨੀ ਉਹਨਾਂ ਦੀ ਵਰਕਿੰਗ ਦੇ ਵਿੱਚ, ਸਭ ਦੇ ਅੰਦਰ ਡਾਇਫਰਾਮ ਲੱਗਿਆ ਹੋਊਗਾ। ਸੋ ਹਰ ਇੱਕ ਦੀ ਜਦੋਂ ਤੁਸੀਂ ਵਰਕਿੰਗ ਕਰਨੀ ਹੈ, ਠੀਕ ਹੈ ਜੀ, ਅਤੇ ਕੰਸਟਰਕਸ਼ਨ ਕਰਨੀ ਹੈ,
ਉਹਦੇ ਵਿੱਚ ਤੁਸੀਂ ਹਰ ਇੱਕ ਦੇ ਵਿੱਚ ਡਾਇਫਰਾਮ ਦੀ ਡੈਫੀਨੇਸ਼ਨ ਲਿਖੋਗੇ ਕਿ ਡਾਇਫਰਾਮ ਹੈ ਕੀ, ਉਹ ਕੀ ਕਰ ਰਿਹਾ। ਵੈਸੇ ਵੀ ਇੱਕ ਨੰਬਰ 'ਚ ਪੁੱਛਿਆ ਜਾ ਸਕਦਾ ਹੈਗਾ ਡਾਇਫਰਾਮ ਕੀ ਹੁੰਦਾ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਆਈ ਥਿੰਕ ਤੁਹਾਨੂੰ ਇਹ ਬੇਸਿਕ ਚੀਜ਼ਾਂ ਕਲੀਅਰ ਹੋ ਗਈਆਂ ਨੇ, ਮਾਈਕਰੋਫੋਨ ਕੀ ਹੁੰਦਾ ਅਤੇ ਉਹਦੇ ਵਿੱਚ ਕੀ ਲੱਗਿਆ ਹੁੰਦਾ। ਜੋ ਅਗਲਾ ਆਪਾਂ ਹੁਣ ਗੱਲ ਕਰਾਂਗੇ ਉਹ ਹੈ ਟਾਈਪਸ ਆਫ ਮਾਈਕਰੋਫੋਨ, ਕਿੰਨੇ ਤਰ੍ਹਾਂ ਦੇ ਮਾਈਕਰੋਫੋਨਸ ਨੇ। ਅਗਲੇ ਲੈਕਚਰ ਦੇ ਵਿੱਚ ਮੈਂ ਡਿਸਕਸ ਕਰਾਂਗੀ ਟਾਈਪਸ ਆਫ ਮਾਈਕਰੋਫੋਨਸ। ਥੈਂਕ ਯੂ।